ਸਤਿਕਾਲ ਜੀ। ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਸੀ, ਇਸ ਘਰ ਆਪਾਂ ਇੱਕ ਕਿਚਨ ਬਣਾਈ ਸੀ, ਉਸ ਤੋਂ ਮਗਰੋਂ ਆਪਾਂ ਇੱਕ ਇੱਦਾਂ ਦੇ ਇੱਕ LED ਪੈਨਲ ਵੀ ਤਿਆਰ ਕੀਤਾ ਸੀ। ਇਹ ਆ ਜੀ LED ਪੈਨਲ, ਜਿਹੜਾ ਪੂਰਾ 14 ਫੁੱਟ ਲੰਬਾ ਔਰ 10 ਫੁੱਟ ਦੀ ਹਾਈਟ 'ਤੇ, ਹੈ ਨਾ। ਇਹਦੇ 'ਚ ਜਿਹੜਾ ਮਟੀਰੀਅਲ ਲੱਗਾ ਆਪਾਂ ਸਾਰੀ ਗੱਲ ਕਰਦੇ। ਸਭ ਤੋਂ ਪਹਿਲਾਂ ਸਟਾਰਟ ਜਿਹੜੀ ਮੇਨ ਆ, ਜਿਹੜਾ ਤੁਸੀਂ ਇਹ ਗ੍ਰੇ ਕਲਰ ਦੇਖ ਰਹੇ ਆ, ਇਹ ਲੂਵਰ ਯੂਜ਼ ਕੀਤੇ ਗਏ। ਲੂਵਰ ਆਪਾਂ ਲਾਏ ਆ ਵਾਲ ਦੇ ਉੱਪਰ, ਔਰ ਜਿਹੜਾ ਪੈਨਲ ਬਣਾਇਆ ਵਾ ਇਹ ਆਪਣਾ ਹੈਗਾ ਜੀ ਸਟੋਨ ਲੁੱਕ ਦੇ ਵਿੱਚ, ਜਿਵੇਂ ਮਾਰਬਲ ਲੁੱਕ ਕਹਿ ਲਈਏ। ਔਰ ਥੱਲੇ ਜਿਹੜੇ ਜਿੰਨੀ ਵੀ ਇਹ ਸੈਟੀ ਬਣੀ ਹੋਈ ਆ, ਜਿਹੜੇ ਇਹਦੇ ਪੱਲੇ ਬਣੇ ਆ, ਇਹ ਸਾਰੇ ਆਪਣੇ ਫੈਕਟਰੀ 'ਚੋਂ ਬਣ ਕੇ, ਮਤਲਬ ਸੈਟੀ ਲੈ ਕਰਕੇ ਵਾਈਟ ਅਕ੍ਰੈਲਿਕ ਦੇ ਵਿੱਚ ਬਣਾਏ ਹੋਏ ਆ। ਅਤੇ ਨਾਲ ਇਹਨੂੰ ਹੋਰ ਆਪਾਂ ਥੋੜ੍ਹੀ ਜਿਹੀ ਲੁੱਕ ਵਧੀਆ ਕਰਨ ਵਾਸਤੇ ਜਾਂ ਵਧੀਆ ਦਿੱਖ ਵਧ, ਇੱਕ ਇਹਦੇ ਓਪਨ ਵੁੱਡਨ ਅਲਮਾਰੀ ਬਣਾਈ ਜੇ। ਤਾਂ ਪੂਰਾ ਤੁਸੀਂ ਵਿਊ ਦੇਖੋ, ਅਤੇ ਕਿ ਬਹੁਤ ਹੀ ਸੋਹਣਾ LED ਪੈਨਲ ਔਰ ਜਿਹੜੀ ਲੋਬੀ ਦੀ ਲੁੱਕ ਨੂੰ ਹੋਰ ਵਧੀਆ ਇਨਕਰੀਜ਼ ਕਰ ਰਿਹਾ ਵਾ, ਅਤੇ ਚੰਗਾ ਸੋਹਣਾ ਲੱਗ ਰਿਹਾ, ਹੈ ਨਾ। ਬਾਕੀ ਤੁਸੀਂ ਦੱਸ ਦਿਓ ਕਿੱਦਾਂ ਦਾ ਲੱਗਿਆ। ਹੋਰ ਇਹਦੇ 'ਚ ਮੰਨ ਲਓ ਥੱਲੇ ਆਪਾਂ ਜਿਵੇਂ ਡਰੋਰ ਦਿੱਤੇ ਆ, ਨਾਲ ਹੈਂਡਲ ਦਾ ਯੂਜ਼ ਕੀਤਾ। ਜਿੰਨੀ ਵੀ ਇਹ ਦਰਅਸਲ ਜਿਹੜੇ ਪੈਨਲ ਦੋ ਤਰ੍ਹਾਂ ਦੇ ਕੰਮ, ਜਿਵੇਂ LED ਪੈਨਲ ਤਾਂ ਲੱਗਣੇ ਲੱਗਣ, ਨਾਲ ਸਟੋਰੇਜ ਦਾ ਵਰਕ ਵੀ ਕਾਫੀ ਕਰੂਗਾ, ਕਿਉਂਕਿ ਥੱਲੜੇ ਪੰਨੇ ਪੂਰੇ ਸੈਟੀ ਦੇ ਵਿੱਚ ਸਟੋਰੇਜ ਕਾਫੀ ਹੈਗੀ, ਹੈ ਨਾ। ਅਤੇ ਬਾਕੀ ਤੁਸੀਂ ਦੱਸਣਾ, ਹੈ ਨਾ, ਕਿੱਦਾਂ ਦਾ ਲੱਗਾ ਡਿਜ਼ਾਇਨ। ਮੇਨ ਇਹੀ ਲੂਵਰ ਆ, ਅਤੇ ਆਹ ਜਿਹੜਾ ਪੈਨਲ ਹੈਗਾ, ਅਤੇ LED 55 ਮੇਰੇ ਹਿਸਾਬ ਨਾਲ 55-60 ਇੰਚ ਦੀ LED ਵੱਡੀ ਲੱਗੀ ਹੋਈ ਆ। ਅਤੇ ਬਾਕੀ ਤੁਸੀਂ ਵੇਖ ਲਓ, ਹੈ ਨਾ, ਕਿੱਦਾਂ ਦਾ ਲੱਗਦਾ ਤੁਹਾਨੂੰ ਡਿਜ਼ਾਇਨ। ਮਟੀਰੀਅਲ ਮੇਨ ਆ ਕਿ ਸਾਰਾ ਇਹ ਫੈਕਟਰੀ ਮੇਡ ਆ, ਜਿੰਨਾ ਵੀ ਹੈਗਾ ਆਪਾਂ ਫੈਕਟਰੀ 'ਚ ਬਣਾ ਕੇ ਇੱਥੇ ਲਿਆ ਕੇ ਫਿੱਟ ਕਰਵਾਇਆ, ਉਹ ਥੋੜ੍ਹਾ ਈਜ਼ੀ ਹੋ ਜਾਂਦਾ ਇੱਕ ਤੋਂ ਦੋ ਦਿਨ ਦੇ ਵਿੱਚ ਫਿੱਟ। ਮਤਲਬ ਜਿੰਨਾ ਵੀ ਆਪਾਂ ਸਾਰਾ ਕੰਮ ਕੀਤਾ, ਚਲੋ ਹੋਰ ਵਾਰਡਰੋਬ ਅੱਗੇ ਦਿਖਾਉਣੇ, 2 ਤੋਂ 3 ਦਿਨ ਦੇ ਵਿੱਚ ਫਿਨਿਸ਼ਿੰਗ ਹੋ ਜਾਂਦਾ ਮੋਸਟਲੀ, ਤੁਸੀਂ ਦੇਖ ਹੀ ਲੈਣਾ। ਅਤੇ ਚਲੋ ਆਪਾਂ ਤੁਹਾਨੂੰ ਅੱਗੇ ਮੈਂ ਵਾਰਡਰੋਬ ਵੀ ਦਿਖਾ ਦਿੰਦਾ ਵਾ ਜਿੰਨਾ ਕੋਸ਼ਿਸ਼ ਆ। ਅਤੇ ਇੱਧਰਲੇ ਪਾਸੇ ਆਪਾਂ ਇੱਕ ਵਾਰਡਰੋਬ ਦੀ ਪ੍ਰੋਵੀਜ਼ਨ ਦਿੱਤੀ ਆ, ਜਿਹਨੂੰ 8x8 ਦਾ ਵਾਰਡਰੋਬ ਬਣਾਇਆ ਵਾ। ਇਹ ਜਿਹੜੀ ਫਿਨਿਸ਼ਿੰਗ ਤੁਸੀਂ ਇਹ ਵੀ ਕਰੈਲਿਕ ਦੇ ਵਿੱਚ ਦਿੱਤੀ ਆਪਾਂ, ਔਰ ਇਹ ਕਲਰ ਸ਼ਾਇਦ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਪਤਾ ਨਹੀਂ ਕਿੱਦਾਂ, ਬਟ ਜਿਹੜਾ ਇਹ ਕਲਰ ਆ ਗੋਲਡਨ ਕਲਰ ਆ, ਔਰ ਬਹੁਤ ਸੋਹਣਾ ਲੱਗਦਾ ਕਲਰ, ਹੈ ਨਾ। ਔਰ ਇਹਦੇ 'ਚ ਹੈਂਡਲ ਲਾਏ ਆਪਾਂ, ਇਹ ਹੈਂਡਲੈਸ ਵੀ ਹੋ ਸਕਦਾ ਸੀ, ਔਰ ਪੂਰਾ ਇਹ ਵੀ ਜਿੰਨੀ ਕਰੈਲਿਕ ਦੇ ਵਿੱਚ ਬਣਾਇਆ, ਔਰ ਫਿਨਿਸ਼ਿੰਗ ਦੀ ਅੱਜ ਟਾਈਪ ਦੀ ਪੂਰੀ ਵਧੀਆ ਵਾ, ਕਿਉਂਕਿ ਸਾਰਾ ਫੈਕਟਰੀ ਮੇਡ ਆ। ਜਿੰਨਾ ਵੀ ਤੁਸੀਂ ਮਸ਼ੀਨਾਂ ਦੇ ਨਾਲ, ਤੁਸੀਂ ਮੈਂ ਤੁਹਾਨੂੰ ਵੀਡੀਓ ਨਾਲ ਪਲੇ ਕਰਦਾ ਨਾ, ਮਸ਼ੀਨਾਂ ਦੇ ਨਾਲ ਪ੍ਰੋਪਰ ਸਾਰਾ ਬਣ ਕੇ ਲੱਗਾ ਵਾ, ਔਰ ਵਧੀਆ। ਬਾਕੀ ਹੈ ਨਾ ਪੱਲੇ ਪੁੱਲੇ ਅੰਦਰ ਲੱਗੇ, ਕਿਉਂਕਿ ਸਮਾਨ ਪਿਆ ਕਸਟਮਰ ਦਾ, ਜ਼ਿਆਦਾ ਤਾਂ ਤੁਹਾਨੂੰ ਖੋਲ ਕੇ ਨਹੀਂ ਦਿਖਾ ਸਕਦਾ ਕਿਉਂਕਿ ਲੋਕ ਵਗੈਰਾ ਲੱਗੇ ਆ। ਅਤੇ ਬਾਕੀ ਠੀਕ ਹੈ, ਜਿਵੇਂ ਥੱਲੇ ਆਪਾਂ ਸ਼ੂਜ਼ ਰੈਕ ਬਣਾਏ, ਔਰ ਵੇਖੋ ਮੋਸਟਲੀ ਤੁਸੀਂ ਘਰੇ ਵੀ ਕਿਸੇ ਦੇ ਬਣੇ ਦੇਖੇ ਹੋਣਗੇ, ਆਮ ਕੀ ਹੁੰਦਾ ਟੈਂਡਮ ਪੱਟੇ ਨਹੀਂ ਲਾਉਂਦੇ, ਟੈਂਡਮ ਵਾਲੇ ਡਰੋਰ ਨਹੀਂ, ਸਿੰਪਲ ਡਰੋਰ ਪਾਉਂਦੇ ਸ਼ੂਜ਼ ਵਾਲੇ, ਪਰ ਆਪਾਂ ਇਹਦੇ 'ਚ ਸਟੈਂਡਮ ਵਾਲੇ ਪਾਏ ਆ, ਕਿਉਂਕਿ ਇਹ ਖਰਾਬ ਨਹੀਂ ਹੋਣਗੇ, ਇਸ ਕਰਕੇ ਆਪਾਂ ਮੋਸਟਲੀ ਟੈਂਡਮ ਯੂਜ਼ ਕੀਤੀ ਆ। ਅਤੇ ਬਾਕੀ ਵਾਰਡਰੋਬ ਤੁਹਾਨੂੰ ਕਿੱਦਾਂ ਦਾ ਲੱਗਾ, ਹੈ ਨਾ, ਇਹ ਤੁਸੀਂ ਵੇਖਿਓ। ਜੇ ਤੁਸੀਂ ਵਾਰਡਰੋਬ ਬਣਾਉਣਾ ਤਾਂ ਜ਼ਰੂਰ ਕੰਟੈਕਟ ਕਰੋ, ਜਿਵੇਂ LED ਪੈਨਲ ਤੁਹਾਨੂੰ ਦਿਖਾਇਆ, ਇਹ ਵਾਰਡਰੋਬ ਬਣਾਉਣਾ ਦਿਖਾਇਆ, ਔਰ ਇੱਕ ਤੁਹਾਨੂੰ ਮੈਂ ਹੋਰ ਅੱਗੇ ਵਾਰਡਰੋਬ ਦਿਖਾਉਣਾ ਵਾ। ਸਾਰੇ ਆਪਾਂ ਇੱਥੇ 2 ਵਾਰਡਰੋਬ ਬਣਾਏ ਸੀ, ਇੱਕ LED ਪੈਨਲ ਬਣਾਇਆ ਸੀ, ਔਰ ਸਾਰਾ ਕੰਮ ਵਧੀਆ ਹੋਇਆ। ਬਾਕੀ ਤੁਸੀਂ ਦੱਸਣਾ ਕਿਵੇਂ ਹੋਇਆ, ਅਸੀਂ ਤਾਂ ਉਹਦੇ ਲੋਕ ਕਹਿਣਾ ਹੀ ਵਧੀਆ ਹੋਇਆ। ਚਲੋ ਤੁਹਾਨੂੰ ਇਹ ਆ, ਇੱਧਰ ਇੱਕ ਵੱਡਾ ਮੇਨ ਜਿਹੜਾ ਇਹ ਮੇਨ ਜਿਹੜਾ ਇਹਨਾਂ ਦਾ ਸੀਗਾ ਵੱਡਾ ਵਾਰਡਰੋਬ, ਇਹ ਉਹ ਗੋਲਡਨ ਔਰ ਗ੍ਰੇ, ਇਹ ਗ੍ਰੇ ਕਲਰ ਦੇ ਵਿੱਚ, ਇਹ ਸਾਰੇ ਅਕ੍ਰੈਲਿਕ ਦੇ ਆ, ਪ੍ਰੀ ਲੈਮੀਨੇਟ ਅਕ੍ਰੈਲਿਕ ਆ, ਔਰ ਬਹੁਤ ਸੋਹਣਾ ਕਲਰ, ਔਰ ਵਧੀਆ ਲੱਗ ਵੀ ਵਧੀਆ ਰਿਹਾ, ਔਰ ਫਿਨਿਸ਼ਿੰਗ ਵੀ ਸੋਹਣੀ ਆਉਂਦੀ ਆ। ਅਤੇ ਇਹਦੇ 'ਚ ਆਪਾਂ ਗੋਲਡਨ ਹੈਂਡਲ ਦਾ ਜਿੱਦਾਂ ਯੂਜ਼ ਕੀਤਾ ਵਾ, ਥੱਲੇ ਵੀ ਇਹਦੇ ਸੇਮ ਉਹੀ, ਜਿੰਨੇ ਵੀ ਡਰੋਰ ਇਹ ਸਾਰੇ ਸੋਫਟ ਕਲੋਜ਼ ਔਰ ਟੈਂਡਮ ਵਾਲੇ ਆ, ਨਾ ਕਿ ਨੋਰਮਲ ਟੈਲਿੰਗ ਵਾਲੇ ਡਰੋਰ ਪਾਏ। ਇਹ ਆਪਣਾ ਆ ਗਿਆ ਜੀ ਪੱਲਾ ਸਟੋਰੇਜ ਬਣੀ ਆ। ਤੋ ਇਸ ਸਾਈਡ 'ਤੇ ਇੱਕ ਆਪਾਂ ਡਰੈਸਿੰਗ ਦੀ ਪ੍ਰੋਵੀਜ਼ਨ ਦਿੱਤੀ, ਹੈ ਨਾ, ਡਰੈਸਿੰਗ ਦੇ ਪਿੱਛੇ ਲੂਅਰ ਲਾ ਤੇ ਥੋੜ੍ਹਾ ਜਿਹਾ ਡੈਕੋਰੇਟ ਕਰਤਾ ਉਹਨੂੰ, ਅਤੇ ਵੱਡਾ ਸ਼ੀਸ਼ਾ ਲਾ ਕੇ ਥੱਲੇ 2 ਡਰੋਰ ਬਣਾ ਤੇ, ਹੈ ਨਾ। ਇਹ ਥੱਲੇ ਆਪਾਂ 2 ਡਰੋਰ ਦਿੱਤੇ ਆ, ਅਤੇ ਉੱਪਰ ਇਹ ਜਾਨੀ ਆਪਣੀ ਹੈਗੀ ਆ, ਮੈਨੂੰ ਗਲਾਸ ਲਾ ਤਾ ਆਪਣਾ, ਅਤੇ ਲਾਈਟਿੰਗ ਦੀ ਪ੍ਰੋਵੀਜ਼ਨ ਇੱਕ ਤਾਂ ਦੇਖ ਜਾਏ ਹਾਂ, ਅਤੇ ਥੋੜ੍ਹਾ ਜਿਹਾ ਵਧੀਆ ਲੱਗਦਾ, ਕਿਉਂਕਿ ਲਾਈਟਿੰਗ ਲੂਟਿੰਗ ਲੱਗੀ ਹੁੰਦੀ, ਕਿਉਂਕਿ ਜਦੋਂ ਆਪਾਂ ਪੱਗ ਜਾਂ ਕੋਈ ਚੀਜ਼ ਇੱਦਾਂ ਦੇਖਣੀ ਆ, ਲਾਈਟ ਹੋਊਗੀ ਤਾਂ ਥੋੜ੍ਹਾ ਜਿਹਾ ਵਧੀਆ ਇੰਪਰੈਸ਼ਨ ਆਉਂਦੇ ਆ। ਪਰ ਇਹ ਪੂਰਾ ਜਿਹੜਾ ਛੱਤ ਤੱਕ ਬਣਿਆ ਵਾਰਡਰੋਬ, ਔਰ ਇਹ ਤਾਂ ਤੁਹਾਨੂੰ ਲੱਗੂ ਕਹਿੰਦੇ ਪੂਰਾ ਫੈਕਟਰੀ 'ਚੋਂ ਬਣਾ ਕੇ ਲਾਇਆ, ਵੀ ਇੱਦਾਂ ਦੀ ਫਿਟਿੰਗ, ਇਹ ਨਹੀਂ ਕਿ ਫਿਟਿੰਗ ਕਈ ਵਾਰੀ ਹੁੰਦਾ ਕਿ ਯਾਰ ਘਰੇ ਬਣਾ ਲਈ ਫਿਟਿੰਗ ਜ਼ਿਆਦਾ ਹੁੰਦੀ ਆ, ਤੁਸੀਂ ਦੇਖ ਲਓ ਜੇ ਕੋਈ ਵੀ ਕਮੀ ਪੇਸ਼ੀ ਤੁਹਾਨੂੰ ਫਿਟਿੰਗ 'ਚ ਲੱਗਦੀ ਤੁਸੀਂ ਦੱਸ ਸਕਦੇ ਆ, ਔਰ ਟੋਟਲੀ ਫੈਕਟਰੀ 'ਚ ਬਣ ਕੇ ਪ੍ਰੋਪਰ ਕਟਿੰਗ ਹੋ ਗਿਆ ਹੁੰਦੀ ਆ, ਕੰਪਿਊਟਰਾਈਜ਼ ਸਾਰਾ ਕੰਮ ਆ, ਕੋਈ ਵੀ ਤੁਸੀਂ ਮਸ਼ੀਨਾਂ ਵੇਖੋਗੇ ਸਾਰਾ ਵਧੀਆ, ਨੌਰਥ ਇੰਡੀਆ ਦੀ ਸਭ ਤੋਂ ਵਧੀਆ ਮਸ਼ੀਨ ਆਪਣੇ ਕੋਲ ਆ, ਜਿਹਦੇ ਨਾਲ ਆਪਾਂ ਕੰਮ ਕਰਦੇ ਹਾਂ, ਮਤਲਬ ਕੋਈ ਵੀ ਦਿੱਕਤ ਨਹੀਂ ਆਊਗੀ ਤੁਹਾਨੂੰ ਇੱਦਾਂ ਦਾ ਕੰਮ ਕਰਾਉਣ 'ਚ, ਪੂਰੀ ਫਿਨਿਸ਼ਿੰਗ ਹੋਊਗੀ। ਬਾਕੀ ਤੁਸੀਂ ਵਾਰਡਰੋਬ ਦੇਖ ਰਹੇ LED ਪੈਨਲ ਵੇਖਿਆ, ਤੇ ਤੁਸੀਂ ਵੀ ਘਰ ਦੇ ਵਿੱਚ ਮਾਡਰਨ ਕਿਚਨ ਵਾਰਡਰੋਬ LED ਪੈਨਲ ਬਣਾਉਣਾ ਚਾਹੁੰਦੇ ਤਾਂ ਜ਼ਰੂਰ ਕੰਟੈਕਟ ਕਰੋ, ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ 94640-10108, ਪੂਰੇ ਨੌਰਥ ਇੰਡੀਆ ਸਰਵਿਸ ਆ। ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰੋ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਮਿਲਦੇ ਫਿਰ ਅਗਲੀ ਵੀਡੀਓ 'ਚ। ਧੰਨਵਾਦ।